ਕਿਸ ਤਰ੍ਹਾਂ ਦੇਖਦੇ ਹੋ ਇੱਕ ਫਿਰ ਸਮਾਜ ਦੇ ਸਾਹਮਣੇ ਉਹੀ ਚਿਹਰਾ ਸਾਹਮਣੇ ਆ ਗਿਆ ਹੈ ਨਾ, ਕਿਸ ਤਰ੍ਹਾਂ ਦਰਿੰਦਗੀ ਉਸ ਕੁੜੀ ਦੇ ਨਾਲ ਹੁੰਦੀ ਆ, ਹੈ ਨਾ, ਉਹ ਤਾਂ ਉਹਦੇ ਤਾਂ ਕੱਪੜੇ ਵੀ ਪੂਰੇ ਪਾਏ, ਉਸਦਾ ਡਾਕਟਰ ਸੀ ਇੱਕ, ਫਿਰ ਕਿਵੇਂ ਦੇਖਦੇ ਹੋ ਕਦੋਂ ਸਮਾਜ ਦੀ ਸੋਚ ਬਦਲੇਗੀ? ਜਦ ਤੱਕ ਮਾਨਸਿਕਤਾ ਨਹੀਂ ਬਦਲੂਗੀ, ਜਦ ਤੱਕ ਅਸੀਂ ਆਪਣੇ ਜਿਹੜੇ ਮੁੰਡੇ ਨੇ, ਜਿਹੜਾ ਮੇਲ ਜੈਂਡਰ ਆ ਜ਼ਿਆਦਾ ਅਬਿਊਜ਼ਰ, ਇਹਦੇ ਵਿੱਚ 99% ਮੁੰਡੇ ਹੀ ਹੁੰਦੇ ਆ। ਇਹ ਜਿਹੜਾ ਕੇਸ ਆ ਕੋਲਕਾਤੇ ਵਾਲਾ, ਇਹ ਤੇ ਵੀ ਹੁਣ ਫਾਂਸੀ ਦੀ ਮੰਗ ਕੀਤੀ ਜਾ ਰਹੀ ਕਿ ਫਾਂਸੀ ਹੋਣੀ ਚਾਹੀਦੀ ਹੈ। ਫਾਂਸੀ 100% ਹੋ। ਦੇਖੋ ਇਹ ਬਹੁਤ ਹੀਨੀਅਸ, ਬਹੁਤ ਹੀ ਗਰੂਸਮ ਐਕਟ ਆ ਗਿਆ। ਸੀਮਨ ਵੀ 150 ਤੋਂ ਜ਼ਿਆਦਾ ਮਿਲਿਆ ਆ, ਸੋ ਇਟ ਕੁੱਡ ਵੀ ਕਿ ਜਾਂ ਤਾਂ 5-6 ਬੰਦਿਆਂ ਨੇ ਬਾਰ ਬਾਰ ਕੀਤਾ, ਹੈ ਨਾ, ਇੱਕ ਬੰਦਾ ਤਾਂ 10 ਵਾਰ ਕਰ ਨਹੀਂ ਸਕਦਾ, ਜਾਂ 10 ਬੰਦਿਆਂ ਨੇ ਕੀਤਾ, ਸੋ ਜਿਸ ਹਿਸਾਬ ਨਾਲ ਉਹਨੂੰ ਕੋ ਕੇ ਮਾਰਿਆ ਗਿਆ ਆ, ਸੋ ਇਹ ਇੱਕ ਇਕੱਲਾ ਹਵਸ ਬੁਝਾਉਣ ਵਾਲਾ ਨਹੀਂ ਹੈਗਾ, ਇੱਕ ਸਾਈਕੋਪੈਥ ਦਾ ਕੰਮ ਆ। 3 ਘੰਟੇ ਤੱਕ ਬੱਚੇ ਦੇ ਲੜਕੀ ਜਿਹੜੇ ਡਾਕਟਰ ਸਾਹਿਬ ਸੀਗੇ ਉਹਨਾਂ ਦੇ ਪੇਰੈਂਟ ਨੂੰ ਤੱਕ ਨੂੰ ਦੇਖਣ ਨਹੀਂ ਦਿੱਤਾ ਗਿਆ। ਪਹਿਲਾਂ ਇਹਨਾਂ ਨੇ ਇਹਨੂੰ ਸੁਸਾਈਡੀਅਲ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਵੀ ਹੁੰਦਾ ਵੀ ਜਦੋਂ ਜਿਹੜੇ ਅਫਸਰ ਕਾਰਵਾਈ ਕਰ ਰਹੇ ਹੁੰਦੇ ਨੇ ਉਸ ਕੇਸ ਨੂੰ ਲੈ ਕੇ, ਜੇਕਰ ਕੋਈ ਗਲਤ ਧਾਰਾ ਲਾ ਦੇਣ ਜਾਂ ਢਿੱਲ ਵਰਤਣ, ਉਹ ਕੇਸ ਕਮਜ਼ੋਰ ਹੁੰਦਾ ਹੈ? ਬਾਡੀ ਨੂੰ ਦੇਖ ਲੋਗੇ ਤੁਹਾਨੂੰ ਕਲੀਅਰ ਲੱਗਦਾ ਕਿ ਦਿਸ ਇਜ਼ ਨਾਟ ਜਸਟ ਅ ਸੁਸਾਈਡਲ ਕੇਸ। ਸੁਸਾਈਡ ਕਰਨ ਲਈ ਇੱਕ ਡਾਕਟਰ ਆ, ਉਹ ਆਪਣੇ ਆਪ ਨੂੰ ਇੰਨਾ ਮਾਰੇਗੀ? ਉਹ ਤਾਂ ਸਾਫ਼ ਦਿਖਣ ਵਾਲੀਆਂ ਚੀਜ਼ਾਂ ਨੇ। ਜੇ ਕਿਸੇ ਨੇ ਸੁਸਾਈਡ ਕਰਨਾ ਵੀ, ਉਹ ਇਹੋ ਜਿਹੇ ਤਰੀਕੇ ਨਾਲ ਥੋੜ੍ਹੀ ਕਰੂ। ਅੱਜ ਤੋਂ 10 ਸਾਲ ਦੇ ਪੁਰਾਣੇ ਜੇਕਰ ਆਪਾਂ ਸਮੇਂ ਦੀ ਗੱਲ ਕਰੀਏ, ਜੇਕਰ ਹੁਣ ਦੀ ਗੱਲ ਕਰੀਏ, ਅੰਕੜਿਆਂ ਦੇ ਵਿੱਚ ਸੁਧਾਰ ਆਇਆ, ਘਟੇ ਨੇ ਅੰਕੜੇ ਜਾਂ ਵੱਧ ਰਹੇ ਨੇ ਦਿਨ ਪਰ? ਇਹ ਅੰਕੜੇ ਕਹਿੰਦੇ ਆ ਕਿ ਹਰ 15 ਮਿੰਟ ਦੇ ਵਿੱਚ ਇੱਕ ਬਲਾਤਕਾਰ ਹੁੰਦਾ ਆ। ਇਹ ਜਿਹੜਾ ਰਜਿਸਟਰਡ ਜਿਹੜਾ ਡਾਟਾ ਹੈਗਾ ਆ, ਤਾਂ ਹਰ ਘੰਟੇ ਦੇ ਵਿੱਚ 4 ਹੋ ਗਏ, ਤਾਂ 12 ਘੰਟਿਆਂ 'ਚ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ, ਅਤੇ ਇੱਕ ਦਿਨ ਦੇ ਵਿੱਚ ਕਿੰਨੇ ਬਲਾਤਕਾਰ ਹੁੰਦੇ ਨੇ। ਤੁਹਾਡਾ ਤਜਰਬਾ ਕੀ ਕਹਿੰਦਾ ਕਿ ਇਹ ਕੇਸ ਨੇ ਜਿਹੜੇ ਇਸ ਤਰ੍ਹਾਂ ਦੇ ਜਬਰ ਜਨਾਹ ਦੇ, ਕਿੰਨੇ ਕੁ ਲੰਬੇ ਸਮੇਂ ਚਲੇ ਜਾਂਦੇ ਨੇ? ਚੱਕਰ ਉੱਥੇ ਹੁੰਦਾ ਜਦੋਂ ਦੋਨੋਂ ਪਾਰਟੀਜ਼ ਦੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਈ, ਇਹ ਕਹਿ ਲਓ ਕਿਤੇ ਨਾ ਕਿਤੇ ਕੰਪਰੋਮਾਈਜ਼ ਦੀ ਗੱਲ ਚੱਲਣ ਲੱਗ ਜਾਂਦੀ ਆ, ਉਹਨਾਂ ਕੇਸਾਂ ਦੇ ਵਿੱਚ ਡਿਲੇਅ ਆਉਂਦਾ, ਜਾਂ ਫਿਰ ਜਿਹੜੇ ਕੇਸ ਦੇ ਵਿੱਚ ਜਿਹੜਾ ਮੁਲਜ਼ਮ ਆ ਉਹ ਬਹੁਤ ਹੀ ਹਾਈ ਕਲਾਸ ਨੂੰ ਬਿਲੋਂਗ ਕਰਦਾ ਆ। ਕਿਵੇਂ ਸੁਧਾਰ ਹੋ ਸਕਦਾ, ਕਿਵੇਂ ਸੁਰੱਖਿਅਤ ਹੋ ਸਕਦੀਆਂ ਨੇ ਕੁੜੀਆਂ ਭਾਰਤ ਦੇ ਵਿੱਚ, ਮਹਿਲਾਵਾਂ? ਤੁਸੀਂ ਮਹਿਲਾ ਦੀ ਗੱਲ ਕਰ ਰਹੇ ਹੋ, ਮੈਨੂੰ ਤਾਂ ਇੱਥੇ ਮੁੰਡੇ ਸੁਰੱਖਿਅਤ ਨਹੀਂ ਲੱਗਦੇ। ਇੰਡੀਆ ਉਹ ਦੇਸ਼ ਆ ਜਿਹਦੇ ਵਿੱਚ ਜਾਨਵਰ, ਬੱਚੇ ਅਤੇ ਔਰਤਾਂ ਸੁਰੱਖਿਅਤ ਨੇਗੀਆਂ, ਕਿਉਂਕਿ ਜਾਨਵਰਾਂ ਨਾਲ ਵੀ ਕੁਕਰਮ ਹੁੰਦੇ ਆ। ਕੋਲਕਾਤਾ ਦੇ ਵਿੱਚ ਇੱਕ ਕੁੜੀ ਡਾਕਟਰ ਦੇ ਨਾਲ ਜੋ ਦਰਿੰਦਗੀ ਹੋਈ ਆ, ਸਭ ਉਹ ਭਾਰਤੀਆਂ ਦੇ ਸਾਹਮਣੇ ਆ, ਕਿਸ ਤਰ੍ਹਾਂ ਜ਼ਲਮ ਤਰੀਕੇ ਦੇ ਨਾਲ ਉਸ ਲੜਕੀ ਦਾ ਜਬਰ ਜਨਾਹ ਜਿਹੜਾ ਉਸ ਨਾਲ ਕੀਤਾ ਗਿਆ, ਜਿਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਡਾਕਟਰਾਂ ਨੇ ਵੀ ਹੜਤਾਲ ਕੀਤੀ, ਹਰ ਕੋਈ ਸੜਕਾਂ 'ਤੇ ਉਤਰਿਆ ਕਿ ਉਹਨਾਂ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਪਰ ਇੱਕ ਹੁਣ ਰਿਪੋਰਟ ਵੀ ਆਈ ਆ ਕਿ ਮਹਿਲਾ ਦੇ ਮਾਮਲੇ ਦੇ ਵਿੱਚ ਜਿਹੜੇ ਔਰਤਾਂ ਦੇ ਨਾਲ ਜਬਰ ਜਨਾਹ ਹੁੰਦੇ ਨੇ, ਕੁਝ ਹੋਰ ਵੀ ਨਵੇਂ ਅੰਕੜੇ ਸਾਹਮਣੇ ਆਏ ਨੇ। 16 ਦੇ ਕਰੀਬ ਲੋਕ ਸਭਾ ਮੈਂਬਰ ਨੇ, ਤਾਂ 130 ਤੋਂ ਉੱਪਰ ਨੇ ਜਿਹੜੇ ਉਹ ਵਿਧਾਇਕ ਨੇ ਜਿਨ੍ਹਾਂ ਦੇ ਉੱਪਰ ਕੇਸ ਦਰਜ ਨੇ। ਪਰ ਇਹ ਜਿਹੜਾ ਸਮਾਜ ਦੇ ਵਿੱਚ
ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ, ਕਦੋਂ ਇਹਨਾਂ ਤੋਂ ਛੁਟਕਾਰਾ ਮਿਲੇਗਾ? ਚਾਹੇ ਪਹਿਲਾਂ ਨਿਰਭਯਾ ਕਾਂਡ ਦਾ ਜ਼ਿਕਰ ਹੁੰਦਾ ਹੋਵੇ, ਇਹ ਤਮਾਮ ਸਾਰੀਆਂ ਚੀਜ਼ਾਂ ਹਜੇ ਵੀ ਸਮਾਜ ਦੇ ਵਿੱਚ ਵਿਚਰ ਰਹੀਆਂ ਨੇ, ਕੁਝ ਵੀ ਫਰਕ ਨਹੀਂ ਪਿਆ। ਜਿਹੜੇ ਕੇਸ ਨੇ ਉਹ ਲੰਮਾ ਸਮਾਂ ਲਟਕ ਜਾਂਦੇ ਨੇ, ਤਾਂ ਉਹਨਾਂ ਪਰਿਵਾਰਾਂ ਨੂੰ ਇਨਸਾਫ ਵੀ ਨਹੀਂ ਮਿਲਦਾ। ਸਾਡੇ ਨਾਲ ਹਾਈਕੋਰਟ ਦੇ ਵਕੀਲ ਨੇ ਮੈਡਮ ਸਿਮਰਨਜੀਤ ਕੌਰ ਗਿੱਲ, ਗੱਲਬਾਤ ਕਰਦੇ ਮੈਂ ਬਹੁਤ ਬਹੁਤ ਸਵਾਗਤ ਹੈ ਜਨਰਲ ਸਪੋਕਸਮੈਨ। ਕਿਸ ਤਰ੍ਹਾਂ ਦੇਖਦੇ ਹੋ ਇੱਕ ਫਿਰ ਸਮਾਜ ਦੇ ਸਾਹਮਣੇ ਉਹੀ ਚਿਹਰਾ ਸਾਹਮਣੇ ਆ ਗਿਆ, ਹੈ ਨਾ? ਕਿਸ ਤਰ੍ਹਾਂ ਦਰਿੰਦਗੀ ਉਸ ਕੁੜੀ ਦੇ ਨਾਲ ਹੁੰਦੀ ਆ, ਹੈ ਨਾ? ਉਹ ਤਾਂ ਉਹਦੇ ਤਾਂ ਕੱਪੜੇ ਵੀ ਪੂਰੇ ਪਾਏ, ਉਸਦਾ ਡਾਕਟਰ ਸੀ ਇੱਕ, ਫਿਰ ਕਿਵੇਂ ਦੇਖਦੇ ਹੋ ਕਦੋਂ ਸਮਾਜ ਦੀ ਸੋਚ ਬਦਲੇਗੀ? ਸਰ, ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਟਾਈਮ ਵੱਧ ਰਿਹਾ ਆ, ਟੈਕਨੋਲੋਜੀ ਐਡਵਾਂਸ ਹੋ ਰਹੀ ਆ, ਤਾਂ ਉਵੇਂ ਉਵੇਂ ਲੋਕਾਂ ਦੇ ਵਿੱਚ ਜਾਂ ਇਹ ਕਹਿ ਲਓ ਕਿ ਲੋਕਾਂ ਦਾ ਦਿਮਾਗੀ ਤੌਰ ਦੇ ਲੋਕਾਂ ਦਾ ਜਿਹੜਾ ਮੈਂਟਲ ਸਟੇਬਿਲਿਟੀ ਆ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਰਹੀ ਆ। ਔਰ ਇਸ ਚੀਜ਼ ਕਰਕੇ ਮੈਨੂੰ ਜੋ ਮੈਂ ਜਿੰਨਾ ਕੁਛ ਦੇਖ ਰਹੀ ਹਾਂ, ਤਾਂ ਮੈਨੂੰ ਇਹ ਲੱਗਦਾ ਕਿ ਇਹ ਸੁਧਰਨ ਦੀ ਜਗ੍ਹਾ ਦੇ ਉੱਤੇ ਹੋਰ ਨਿਘਾਰ ਵੱਲ ਅਸੀਂ ਜਾ ਰਹੇ ਹਾਂ। ਅਤੇ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਕੁਛ ਕੇਸ ਹਾਈਲਾਈਟ ਹੋ ਜਾਂਦੇ ਨੇ ਔਰ ਬਹੁਤੇ ਹਾਈਲਾਈਟ ਨਹੀਂ ਹੁੰਦੇ, ਅਤੇ ਇਦੋਂ ਵੀ ਘਿਨਾਉਣੇ ਤਰੀਕੇ ਨਾਲ ਕਿਸੇ ਨੂੰ ਮਾਰ ਕੇ ਦੱਬ ਦਿੱਤਾ ਜਾਂਦਾ ਆ, ਕਿਸੇ ਦੇ ਨਾਲ ਬਹੁਤ ਬੁਰੀ ਤਰ੍ਹਾਂ ਜਿਹੜਾ ਜੁਰਮ ਕਰਕੇ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਆ, ਅਤੇ ਜਾਂ ਇਹੋ ਜਿਹੇ ਵੀ ਕੇਸ ਹੁੰਦੇ ਆ ਕਿ ਜਿੱਥੇ ਜੇ ਸਰਵਾਈਵ ਵੀ ਕਰ ਜੇ ਕੋਈ, ਤਾਂ ਉਹਨੂੰ ਗੱਲ ਨੂੰ ਹੀ ਦਬਾ ਦਿੱਤਾ ਜਾਂਦਾ ਆ, ਸੋ ਦੱਬ ਦਿੱਤੀ ਜਾਂਦੀ ਆ, ਗੱਲ ਨਹੀਂ ਆਉਂਦੀ। ਜਾਂ ਜੇ ਕੇਸ ਆ ਵੀ ਜਾਵੇ, ਕਈ ਵਾਰ ਉਹ ਮੀਡੀਆ ਦੇ ਵਿੱਚ ਨਹੀਂ ਆਉਂਦਾ, ਹਾਈਲਾਈਟ ਨਹੀਂ ਹੁੰਦਾ। ਸੋ ਜੇ ਆਪਾਂ ਅੰਕੜੇ ਦੇਖੀਏ, ਅੰਕੜੇ ਕਹਿੰਦੇ ਆ ਕਿ ਹਰ 15 ਮਿੰਟ ਦੇ ਵਿੱਚ ਇੱਕ ਬਲਾਤਕਾਰ ਹੁੰਦਾ ਆ। ਇਹ ਜਿਹੜਾ ਰਜਿਸਟਰਡ ਜਿਹੜਾ ਡਾਟਾ ਹੈਗਾ ਆ, ਤਾਂ ਹਰ ਘੰਟੇ ਦੇ ਵਿੱਚ 4 ਹੋ ਗਏ, ਤਾਂ 12 ਘੰਟਿਆਂ 'ਚ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ, ਅਤੇ ਇੱਕ ਦਿਨ ਦੇ ਵਿੱਚ ਕਿੰਨੇ ਬਲਾਤਕਾਰ ਹੁੰਦੇ ਨੇ। ਅਤੇ ਉਸ ਹਿਸਾਬ ਨਾਲ ਇਹ ਉਹ ਅੰਕੜੇ ਆ ਜਿਹੜੇ ਰਜਿਸਟਰਡ ਨੇ, ਜਿੰਨੇ ਕੇਸ ਰਜਿਸਟਰਡ ਹੁੰਦੇ ਆ। ਅਤੇ ਜੇ ਆਪਾਂ ਅਸਲ ਦੇ ਵਿੱਚ ਦੇਖੀਏ ਕਿ ਬਹੁਤ ਸਾਰੇ ਇਹੋ ਜਿਹੇ ਕੇਸ ਆ ਜਿਹੜੇ ਕਦੇ ਸਾਹਮਣੇ ਨਹੀਂ ਆਉਂਦੇ, ਕਦੇ ਰਜਿਸਟਰ ਨਹੀਂ ਹੁੰਦੇ, ਸੋ ਅੰਕੜੇ ਇਦੋਂ ਵੀ ਕਿਤੇ ਜ਼ਿਆਦਾ ਵਾਲੇ ਨੇ। ਇਸ ਕਰਕੇ ਜੋ ਸਿਚੁਏਸ਼ਨ ਦੇਖਦੇ ਆ ਰਹੇ ਕਿ ਜਦੋਂ ਦਾ ਕੋਈ ਕੇਸ ਹਾਈਲਾਈਟ ਹੋ ਜਾਂਦਾ, ਨਿਰਭਯਾ ਹੋਇਆ ਉਦੋਂ ਇੰਡੀਆ ਜਾਗ ਗਿਆ, ਲੋਕ ਮੋਮਬੱਤੀਆਂ ਲੈ ਕੇ ਨਿਕਲੇ, ਲੋਕਾਂ ਨੇ ਕੈਂਡਲ ਮਾਰਚ ਕੀਤੀਆਂ, ਹੁਣ ਵੀ ਸੇਮ ਕਰ ਰਹੇ ਨੇ। ਬਟ ਥਿੰਗ ਇਜ਼ ਕਿ ਅਸੀਂ ਕੀ ਸਿਰਫ ਕੈਂਡਲ ਮਾਰਚ ਕਰਕੇ, ਸਿਰਫ ਪ੍ਰੋਟੈਸਟ ਕਰਕੇ ਕੀ ਇਸ ਮਸਲੇ ਦਾ ਹੱਲ ਜੂ? ਕਿਉਂਕਿ ਕਾਨੂੰਨ ਸਾਡੇ ਕੋਲ ਆਲਰੇਡੀ ਬਹੁਤ ਸਖਤ ਆ, ਇਸ ਚੀਜ਼ ਦੇ ਵਿੱਚ ਡੈਥ ਪੈਨਲਟੀ ਤੱਕ ਹੈਗੀ ਆ। ਸੋ ਗੱਲ ਆ, ਮੈਨੂੰ ਜਿੱਥੇ ਤੱਕ ਲੱਗ ਰਿਹਾ ਹੈਗਾ ਆ ਕਿ ਜਦ ਤੱਕ ਮਾਨਸਿਕਤਾ ਨਹੀਂ ਬਦਲੂਗੀ, ਜਦ ਤੱਕ ਅਸੀਂ ਆਪਣੇ ਜਿਹੜੇ ਮੁੰਡੇ ਨੇ, ਜਿਹੜਾ ਮੇਲ ਜੈਂਡਰ ਆ ਜ਼ਿਆਦਾ ਅਬਿਊਜ਼ਰ, ਇਹਦੇ ਵਿੱਚ 99% ਮੁੰਡੇ ਹੁੰਦੇ ਆ, 1% ਇਹਦੇ ਵਿੱਚ ਹੋਣਗੀਆਂ ਕਿ ਜਿਹੜੇ ਰੇਪ ਦੇ ਕੇਸਿਸ ਆ ਉਹਨਾਂ ਦੇ ਵਿੱਚ ਫੀਮੇਲ ਵੀ ਹੁੰਦੀਆਂ ਨੇ ਇਨਵੋਲਵ। ਸੋ ਜਦ ਤੱਕ ਅਸੀਂ ਉਹਨਾਂ ਨੂੰ ਸਿੱਖਿਆ ਨਹੀਂ ਦਿੰਦੇ ਨਾ ਕਿ ਤੁਸੀਂ ਕਿਵੇਂ ਸਮਾਜ 'ਚ ਵਿਚਰਨਾ ਆ, ਉਨੀ ਦੇਰ ਕੁਛ ਵੀ ਸੈੱਟ ਨਹੀਂ ਹੋਣਾ ਹੈਗਾ। ਸੋ ਕੁੜੀਆਂ ਦੇ ਕੱਪੜਿਆਂ ਦੇ ਉੱਤੇ ਇਲਜ਼ਾਮ ਦੇਣਾ, ਅਤੇ 6 ਸਾਲ ਦੀ ਬੱਚੀਆਂ ਦੇ ਜਿਨ੍ਹਾਂ ਦੇ ਅੰਗ ਨਹੀਂ ਵਿਕਸਿਤ ਹੋਏ ਹੁੰਦੇ, ਉਹਨਾਂ ਦੇ ਕਿਹੜਾ ਪਾਰਟ ਆ ਜਿਹੜਾ ਕਿਸੇ ਨੂੰ ਪ੍ਰਭਾਵਿਤ ਕਰ ਜਾਂਦਾ? ਜਾਂ 80-80 ਸਾਲ ਦੀਆਂ ਬਜ਼ੁਰਗ ਜਿਨ੍ਹਾਂ ਦੇ ਨਾਲ ਬਲਾਤਕਾਰ ਹੋ ਜਾਂਦਾ, ਉਹਨਾਂ ਦੇ ਵਿੱਚ ਉਹਨਾਂ ਨੂੰ ਕੀ ਦਿਖ ਜਾਂਦਾ? ਗੱਲ ਤਾਂ ਇਹ ਕਿ ਉਹਨਾਂ ਨੂੰ ਸਿਰਫ ਇੱਕ ਬੋਡੀ ਪਾਰਟ ਚਾਹੀਦਾ ਜਿਹਦੇ ਵਿੱਚ ਉਹ ਆਪਣੀ, ਜਿਹਦੇ ਥਰੂ ਆਪਣੀ ਹਬਸ ਕੱਢ ਸਕਣ। ਤੁਸੀਂ ਬੱਚਿਆਂ ਦੇ ਲੈਵਲ 'ਤੇ ਵੀ ਕੰਮ ਕਰ ਰਹੇ ਹੋ, ਇੱਕ ਮੁਹਿੰਮ ਚਲਾ ਰਹੇ ਹੋ, ਕਿ ਹੁਣ ਤੱਕ ਦੇ ਸਮੇਂ ਦੇ ਵਿੱਚ, ਅੱਜ ਤੋਂ 10 ਸਾਲ ਦੇ ਪੁਰਾਣੇ ਜੇਕਰ ਆਪਾਂ ਸਮੇਂ ਦੀ ਗੱਲ ਕਰੀਏ, ਜੇਕਰ ਹੁਣ ਦੀ ਗੱਲ ਕਰੀਏ, ਅੰਕੜਿਆਂ ਦੇ ਵਿੱਚ ਸੁਧਾਰ ਆਇਆ, ਘਟੇ ਨੇ ਅੰਕੜੇ ਜਾਂ ਵੱਧ ਰਹੇ ਨੇ ਦਿਨ ਪਰ? ਸਰ, ਜੇ ਤਾਂ ਆਪਾਂ ਅੰਕੜਿਆਂ ਨੂੰ ਦੇਖੀਏ, ਜੇ NCERB ਦੀ ਰਿਪੋਰਟ ਦੇਖੀਏ, ਤਾਂ NCERB ਦੀ ਰਿਪੋਰਟ ਤਾਂ ਕਹਿੰਦੀ ਆ 2020-22-23 ਦੇ ਵਿੱਚ ਪੰਜਾਬ ਦੇ ਵਿੱਚ ਕੋਈ ਪੋਕਸੋ ਦਾ ਕੇਸ ਹੀ ਨਹੀਂ ਆਇਆ, ਜਦਕਿ ਘੱਟੋ ਘੱਟ 8 ਕੇਸ ਤਾਂ ਪੋਕਸੋ ਦੇ 2022 ਦੇ ਮੈਂ ਡੀਲ ਕੀਤੇ ਨੇ, ਅਤੇ ਹੋਰ ਕਿੰਨੇ ਹੋਣਗੇ ਜਿਹੜੇ ਮੇਰੇ ਤੱਕ ਪਹੁੰਚੇ ਨੀਗੇ? ਸੋ ਅੰਕੜੇ ਕਈ ਵਾਰ ਸਰਕਾਰਾਂ ਆਪਣੀ ਰੈਪੂਟੇਸ਼ਨ ਬਚਾਉਣ ਦੀ ਖਾਤਰ, ਪੁਲਿਸ ਕਈ ਵਾਰ ਡਾਟਾ ਪ੍ਰੋਵਾਈਡ ਵੀ ਨਹੀਂ ਕਰਦੀ ਹੈਗੀ, ਔਰ ਬਹੁਤ ਸਾਰੇ ਕੇਸ ਇਹੋ ਜਿਹੇ ਵੀ ਹੁੰਦੇ ਆ ਜਿੱਥੇ ਮਤਲਬ
ਗੱਲ ਆ ਨਾ, ਹੁਣ ਜਿਵੇਂ ਜੇ ਮੰਨ ਲਓ 15-16 ਸਾਲ ਦੇ ਰਿਲੇਸ਼ਨ ਵਾਲੇ ਬੱਚਿਆਂ ਦੇ ਆ, ਭੱਜ ਕੇ ਘਰ ਵਾਲੇ, ਉਹਦੇ ਵਿੱਚ ਵੀ ਪੋਕਸੋ ਲੱਗ ਜਾਂਦੀ ਆ, ਪਰ ਕਿਉਂਕਿ ਉਹਨੂੰ ਲੀਨੀਅਟ ਵਿਊ ਲਿਆ ਜਾਂਦਾ ਹੈ ਔਰ ਉਹਨੂੰ ਆਪਾਂ ਰੇਪ ਵੀ ਨਹੀਂ ਕੰਸੀਡਰ ਕੀਤਾ ਜਾਂਦਾ, ਸੋ ਉਹਦੇ ਵਿੱਚ ਉਹੋ ਜਿਹੇ ਕੇਸ ਵੀ ਆ ਜਾਂਦੇ ਨੇ, ਤਾਂ ਮੈਨੂੰ ਸੁਧਾਰ ਨਹੀਂ ਦੇਖ ਰਿਹਾ। ਹਾਂ, ਮੈਨੂੰ ਇਸ ਚੀਜ਼ ਦਾ ਸੁਧਾਰ ਜ਼ਰੂਰ ਦੇਖ ਰਿਹਾ ਹੈ ਕਿ ਬੱਚੇ ਅਵੇਅਰ ਹੋ ਗਏ ਆ ਪਹਿਲਾਂ ਨਾਲੋਂ, ਮਾਪੇ ਅਵੇਅਰ ਹੋ ਗਏ ਆ, ਮਾਪੇ ਹੁਣ ਸਮਝਣ ਲੱਗ ਗਏ ਵੀ ਕਿਵੇਂ ਅਸੀਂ ਬੱਚਿਆਂ ਨੂੰ ਬਚਾ ਕੇ ਰੱਖਣਾ, ਔਰ ਕੁੜੀਆਂ ਵੀ ਕਿਤੇ ਨਾ ਕਿਤੇ ਅਵੇਅਰ ਹੋ ਗਈਆਂ ਨੇ ਹੁਣ, ਉਹ ਆਪਣੇ ਕੋਲ ਫਿਰ ਵੀ ਡਿਫੈਂਸ ਮੈਕਨਿਜ਼ਮ ਲਈ ਜਿਵੇਂ ਚਿੱਲੀ ਸਪਰੇਅ ਹੋ ਗਈ, ਇਹੋ ਜਿਹੀਆਂ ਚੀਜ਼ਾਂ ਰੱਖਣ ਲੱਗ ਗਈਆਂ ਨੇ ਕੁੜੀਆਂ, ਸੋ ਇਸ ਚੀਜ਼ ਦਾ ਸੁਧਾਰ ਜ਼ਰੂਰ ਹੈਗਾ ਆ ਪਹਿਲਾਂ ਨਾਲ। ਜਿਸ ਤਰ੍ਹਾਂ ਹੁਣ ਮੰਗ ਉੱਠਦੀ ਹੈ ਕਿ ਫਸਟ ਟਰੈਕ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਕੇਸ ਜਾਵੇ, ਜਲਦ ਤੋਂ ਜਲਦ ਇਹਦਾ ਨਿਪਟਾਰਾ ਹੋਵੇ, ਕਿੰਨਾ ਕੁ ਸਮਾਂ ਜਿਹੜਾ ਕੇਸ ਆ ਇਹ ਲੰਬੇ ਚਲੇ ਜਾਂਦੇ ਨੇ, ਕਦੋਂ ਕੁ ਇਨਸਾਫ਼ ਮਿਲਦਾ? ਤੁਸੀਂ ਇੱਕ ਵਕੀਲ ਹੋ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਇਹ ਕੇਸ ਨੇ ਜਿਹੜੇ ਇਸ ਤਰ੍ਹਾਂ ਦੇ ਜਬਰ ਜਨਾਹ ਦੇ ਕਿੰਨੇ ਕੁ ਲੰਬੇ ਸਮੇਂ ਚਲੇ ਜਾਂਦੇ ਨੇ? ਸਰ ਬੇਸਿਕਲੀ ਚੱਕਰ ਪਤਾ ਕੀ ਆ ਕਿ ਇਹ ਫਸਟ ਟਰੈਕ ਆ ਆਲਰੇਡੀ, 60 ਦਿਨਾਂ ਦੇ ਵਿੱਚ ਇਹਦਾ ਚਲਾਨ ਪੇਸ਼ ਕਰਨਾ ਆ, ਸੋ ਚੱਕਰ ਉਹਦੇ ਵਿੱਚ ਨਹੀਂ ਆਉਂਦਾ ਹੈਗਾ। ਚੱਕਰ ਉੱਥੇ ਹੁੰਦਾ ਜਦੋਂ ਦੋਨੋਂ ਪਾਰਟੀਜ਼ ਦੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਹ ਕਹਿ ਲਓ ਕਿਤੇ ਨਾ ਕਿਤੇ ਕੰਪਰੋਮਾਈਜ਼ ਦੀ ਗੱਲ ਚੱਲਣ ਲੱਗ ਜਾਂਦੀ ਆ, ਉਹਨਾਂ ਕੇਸਾਂ ਦੇ ਵਿੱਚ ਡਿਲੇ ਆਉਂਦਾ, ਜਾਂ ਫਿਰ ਜਿਹੜੇ ਕੇਸ ਦੇ ਵਿੱਚ ਜਿਹੜਾ ਮੁਲਜ਼ਮ ਆ ਉਹ ਬਹੁਤ ਹੀ ਹਾਈ ਕਲਾਸ ਨੂੰ ਬਿਲੋਂਗ ਕਰਦਾ ਆ, ਕਿਸੇ ਅਲੀਟ ਕਲਾਸ ਨੂੰ ਬਿਲੋਂਗ ਕਰਦਾ, ਕਿਸੇ ਪੋਲੀਟੀਕਲ ਬੈਕਗਰਾਊਂਡ ਨੂੰ, ਜਿਹਨੂੰ ਮਤਲਬ ਬਚਾਉਣ ਲਈ ਅਥੋਰਿਟੀਜ਼ ਲੱਗ ਜਾਂਦੀਆਂ, ਬਿਊਰੋਕਰੇਟ ਹੋ ਗਏ ਜਾਂ ਪੁਲਿਸ ਵਾਲੇ ਹੋ ਗਏ, ਪੋਲੀਟੀਸ਼ੀਅਨ ਹੋ ਗਏ, ਲੋਇਰਸ ਹੋ ਗਏ, ਪੁਲਿਸ ਵਾਲੇ ਹੋ ਗਏ, ਮਤਲਬ ਇਹ ਸਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਸਜ਼ਾ ਦਿਵਾਉਣੀ ਆ, ਸਮਾਜ ਨੂੰ ਸਾਫ਼ ਰੱਖਣਾ ਆ, ਉਹ ਉਹਨਾਂ ਨੂੰ ਬਚਾਉਣ 'ਤੇ ਜਦੋਂ ਲੱਗ ਜਾਂਦੇ ਆ ਉਦੋਂ ਕੇਸ ਡਿਲੇ ਹੁੰਦੇ, ਅਦਰਵਾਈਜ਼ ਕੇਸਿਸ ਨਹੀਂ ਡਿਲੇ ਹੁੰਦੇ ਹੈਗੇ। 6 ਮਹੀਨੇ ਦੇ ਵਿੱਚ ਕੰਕਲੂਡ ਹੋ ਜਾਂਦਾ ਆ, ਜੇ ਬੰਦਾ ਟਰੇਸ ਹੋ ਜਾਵੇ, ਫੜਿਆ ਜਾਵੇ, ਆਈਡੈਂਟੀਫਾਈ ਹੋ ਜਾਵੇ, ਤਾਂ 6 ਮਹੀਨੇ ਦੇ ਵਿੱਚ ਹੋ ਜਾਂਦਾ, ਵੱਧ ਤੋਂ ਵੱਧ ਹਾਈ ਕੋਰਟ ਦੇ ਵਿੱਚ ਫਿਰ ਚਲਿਆ ਜਾਵੇ, ਤਾਂ ਟੋਟਲ 2-3 ਸਾਲਾਂ ਦੇ ਵਿੱਚ ਕੇਸ ਖਤਮ ਹੋ ਜਾਂਦਾ। ਦੂਜੀ ਗੱਲ ਪਤਾ ਕੀ ਆ ਸਰ, ਇੱਕ ਵਿਊ ਇਹ ਵੀ ਹੈਗਾ ਆ ਕਿ ਅਸੀਂ ਕਹਿ ਦਿੰਦੇ ਹਾਂ, ਹੁਣ ਦੇਖੋ ਰਾਜਸਥਾਨ ਦੇ ਵਿੱਚ ਇੱਕ ਬੰਦਾ 30 ਸਾਲ ਬਾਅਦ ਬਰੀ ਹੋਇਆ ਇਸ ਮਤਲਬ ਰੇਪ ਦੇ ਕੇਸ ਦੇ ਵਿੱਚੋਂ, ਵੀ ਉਹ ਇਨਵੋਲਵ ਹੀ ਨਹੀਂ ਸੀਗਾ, ਉਹਨੂੰ ਝੂਠਾ ਫਸਾ ਦਿੱਤਾ ਗਿਆ ਸੀ, ਇਹੋ ਜਿਹੇ ਬਹੁਤ ਸਾਰੇ ਕੇਸਿਸ ਆਉਂਦੇ ਆ। ਸੋ ਇਨੋਸੈਂਟ ਜਿਹਨੇ ਕੁਛ ਕੀਤਾ ਹੀ ਨਹੀਂ ਹੁੰਦਾ, ਉਹਦੀ ਜ਼ਿੰਦਗੀ ਬਚਾਉਣਾ ਵੀ ਸਾਡੀ ਜ਼ਿੰਮੇਵਾਰੀ ਆ। ਅਤੇ ਕਈ ਇਹੋ ਜਿਹੇ ਕੇਸਿਸ ਹੁੰਦੇ ਆ ਜਿੱਥੇ ਰੇਪ ਦੇ ਇਲਜ਼ਾਮ ਲੱਗ ਜਾਂਦੇ ਆ, ਬਟ ਉਹ ਰੇਪ ਹੁੰਦਾ ਨਹੀਂ ਗਾ, ਤਾਂ ਅਸੀਂ ਜੇ ਸਾਰੇ ਫਾਸਟ ਟਰੈਕ ਕਰ ਦਾਂਗੇ ਉਹਦੇ ਵਿੱਚ ਉਹ ਬੇਗੁਨਾਹ ਜਿਹੜੇ ਆ ਉਹ ਟੰਗੇ ਜਾਣਗੇ। ਸੋ ਬੇਗੁਨਾਹ ਨੂੰ ਨਹੀਂ ਟੰਗਣਾ, ਇਸੇ ਲਈ ਸੰਜੀਦਗੀ ਦੇ ਨਾਲ ਸਾਰੀਆਂ ਚੀਜ਼ਾਂ ਵਾਚਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਅਸੀਂ ਊਂ ਤਾਂ ਕਾਲੇ ਪੈ ਜਾਂਦੇ ਹਾਂ ਵੀ ਹਾਂਜੀ ਆਹ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਬਟ ਗੱਲ ਆ ਕਿ ਅਸੀਂ ਉਸ ਚੀਜ਼ ਦੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਅਸੀਂ ਆਪਣੇ ਸਮਾਜ ਨੂੰ ਸੋਹਣਾ ਬਣਾ ਕੇ ਕਿਵੇਂ ਰੱਖਣਾ ਆ। ਬਿਲਕੁਲ, ਕੱਪੜਿਆਂ 'ਤੇ ਕਮੈਂਟ ਵੀ ਤਾਂ ਇਹੀ ਲੋਕ ਕਰਦੇ ਨੇ ਜਿਹੜੇ ਅੱਜ ਫਾਸਟ ਟਰੈਕ ਦੀ ਡਿਮਾਂਡ ਕਰਦੇ ਨੇ। ਬਿਲਕੁਲ, ਅਤੇ ਸਜ਼ਾ ਕਿੰਨੀ ਹੁੰਦੀ ਹੈ ਇਸ ਕੇਸ ਦੇ ਵਿੱਚ, ਕਿੰਨੀ ਜਲਦੀ ਹੋ ਜਾਂਦੀ? ਸਰ ਅਲੱਗ ਅਲੱਗ ਡਿਪੈਂਡ ਕਰਦਾ ਆ, ਜਿਵੇਂ ਹੈ ਨਾ ਬਹੁਤ ਹੀ ਜਿਹੜਾ ਹੀਨੀਅਸ ਹੋਵੇ, ਜਿਵੇਂ ਅੰਡਰ 12 ਆ ਬੱਚੀ, 12 ਸਾਲ ਤੋਂ ਛੋਟੀ ਬੱਚੀ ਆ, ਤਾਂ ਉਹਦੇ ਬੱਚਾ ਜਾਂ ਬੱਚੀ ਦੋਨੋਂ ਉਹਦੇ ਵਿੱਚ ਤਾਂ ਫਾਂਸੀ ਤੱਕ ਦੀ ਸਜ਼ਾ ਹੈਗੀ ਆ, ਜੇ ਵੱਡੇ ਆ 20 ਸਾਲ ਤੱਕ ਦੀ ਸਜ਼ਾ ਹੈਗੀ ਆ, ਔਰ ਜੇ ਵਿੱਚ ਨਾਲ ਮਰਡਰ ਜਾਂ ਕੋਈ ਜਿਹੜੇ ਹੈਗੇ ਆ ਪਰਸਨ ਆਫ ਅਥੋਰਿਟੀ ਵੱਲੋਂ ਹੁੰਦਾ, ਜਾਂ ਲੋ ਕਸਟੋਡੀਅਲ ਜਿਹੜੀ ਇੰਟਰੋਗੇਸ਼ਨ ਦੇ ਟਾਈਮ, ਜਾਂ ਫਿਰ ਇਹ ਕਰ ਲਓ ਕੋਈ ਹੋਸਟਲ ਦਾ ਜਿਹੜਾ ਅਥੋਰਿਟੀ ਦੇ ਵਿੱਚ ਆ, ਮਤਲਬ ਪਰਸਨ ਇਨ ਅਥੋਰਿਟੀ ਜਿਹੜਾ ਹੈਗਾ ਆ ਉਹ ਜੇ ਕਰਦਾ ਆ ਉਹਦੇ ਵਿੱਚ ਵੀ ਸਖ਼ਤ ਸਜ਼ਾ ਹੈ, ਉਹ ਐਗਰੀਵੇਟਡ ਫੋਰਮਸ ਆ ਜਾਂਦੀਆਂ ਨੇ, ਸੋ ਉਹਨਾਂ ਦੇ ਵਿੱਚ ਸਜ਼ਾ ਜ਼ਿਆਦਾ ਆ। ਸੋ ਵੈਰੀ ਕਰਦੀਆਂ ਨੇ ਕੇਸ ਟੂ ਕੇਸ, 10 ਸਾਲ ਤੋਂ ਲੈ ਕੇ, ਈਵਨ ਇਹਦੇ ਵਿੱਚ ਇੱਕ ਹੈਗਾ ਆ ਕਿ ਰੇਪ ਦੇ ਵਿੱਚ ਹੀ ਇਨਕਲੂਡ ਹੁੰਦਾ ਜੇ ਹਸਬੈਂਡ ਵਾਈਫ ਆ, ਬਟ ਉਹ ਸੈਪਰੇਟ ਰਹਿੰਦੇ ਨੇ, ਤਾਂ ਹਸਬੈਂਡ ਉਸ ਸਮੇਂ ਆ ਕੇ ਵਾਈਫ ਨੂੰ ਫੋਰਸ ਕਰਕੇ ਉਹਦੇ ਨਾਲ ਰਿਲੇਸ਼ਨ ਬਣਾਉਂਦਾ, ਦੈਟ ਇਜ਼ ਆਲਸੋ ਅਮਾਊਂਟ ਟੂ ਰੇਪ, ਬਟ ਉਹਦੀ ਸਜ਼ਾ ਬਹੁਤ ਘੱਟ ਆ, ਔਰ ਦੈਟ ਇਜ਼ ਅਵੇਲੇਬਲ ਓਫੈਂਸ। ਸੋ ਇਹ ਚੀਜ਼ਾਂ ਅਲੱਗ ਅਲੱਗ ਅਕੋਰਡਿੰਗ ਟੂ ਕਿਹੋ ਜਿਹਾ ਕੇਸ ਆ ਵੈਰੀ ਕਰਦੀਆਂ ਨੇ, 6 ਸਾਲ ਤੋਂ ਲੈ ਕੇ
ਫਾਂਸੀ ਦੀ ਸਜ਼ਾ ਤੱਕ। ਇਹ ਜਿਹੜਾ ਕੇਸ ਆ ਕੋਲਕਾਤਾ ਵਾਲਾ, ਇਹ ਤੇ ਵੀ ਹੁਣ ਫਾਂਸੀ ਦੀ ਮੰਗ ਕੀਤੀ ਜਾ ਰਹੀ ਕਿ ਫਾਂਸੀ ਹੋਣੀ ਚਾਹੀਦੀ ਹੈ। 100% ਦੇਖੋ, ਇਹ ਬਹੁਤ ਹੀਨੀਅਸ, ਬਹੁਤ ਹੀ ਗਰੂਸਮ ਐਕਟ ਆ ਗਿਆ, ਐਂਡ ਦਿਸ ਕੇਸ ਫਾਲ ਅੰਡਰ ਦੀ ਕੈਟਾਗਰੀ ਆਫ ਰੇਅਰੈਸਟ ਆਫ ਰੇਅਰ ਕੇਸ। ਸਾਡੇ ਇੰਡੀਆ ਨੇ ਬਾਕੀ ਜਿਹੜੀ ਹੈਗੀ ਆ ਕਨਵੈਨਸ਼ਨ ਔਨ ਸਿਵਲ ਪੋਲੀਟੀਕਲ ਰਾਈਟਸ ਹੈਗੀ ਆ, ਠੀਕ ਆ, UNO ਦੇ ਅੰਡਰ ਉਹ ਸਾਈਨ ਕੀਤੀ ਹੋਈ ਆ, ਬਟ ਉਹਦੇ ਵਿੱਚ ਇੱਕ ਆਪਸ਼ਨਲ ਪ੍ਰੋਟੋਕੋਲ ਆ ਜਿਹੜੀ ਕਹਿੰਦੀ ਹੈ ਫਾਂਸੀ ਦੀ ਸਜ਼ਾ ਬੰਦ ਕੀਤੀ ਜਾਵੇ। ਇੰਡੀਆ ਨੇ ਉਹ ਨਹੀਂ ਸਾਈਨ ਕੀਤੀ। ਸੋ ਇੰਡੀਆ ਦੇ ਵਿੱਚ ਬਹੁਤ ਸਾਰੇ ਅਫੈਂਸ ਆ ਜਿਨ੍ਹਾਂ ਦੇ ਵਿੱਚ ਫਾਂਸੀ ਦੀ ਸਜ਼ਾ ਹੈਗੀ, ਇਹਦੇ ਲਈ ਮੰਗ ਕਰਨ ਦੀ ਲੋੜ ਹੀ ਨਹੀਂ, ਬਿਕੋਜ਼ ਇਟ ਇਜ਼ ਕਲੀਅਰ ਇਹ ਜਿਹੜਾ ਕੇਸ ਆ ਜਿਸ ਹਿਸਾਬ ਨਾਲ ਉਹਦੇ ਨਾਲ ਹੋਇਆ ਆ, ਉਹ ਜਿਵੇਂ ਸੀਮਨ ਵੀ 150 ਤੋਂ ਜ਼ਿਆਦਾ ਮਿਲਿਆ ਆ। ਸੋ ਇਟ ਕੁੱਡ ਵੀ ਕਿ ਜਾਂ ਤਾਂ 5-6 ਬੰਦਿਆਂ ਨੇ ਬਾਰ ਬਾਰ ਕੀਤਾ, ਹੈ ਨਾ, ਇੱਕ ਬੰਦਾ ਤਾਂ 10 ਵਾਰ ਕਰ ਨਹੀਂ ਸਕਦਾ, ਜਾਂ 10 ਬੰਦਿਆਂ ਨੇ ਕੀਤਾ। ਸੋ ਇਹ ਇੱਕ ਉੱਪਰ ਤੋਂ ਉਹਨੂੰ ਮਾਰਿਆ ਗਿਆ, ਅੱਖਾਂ ਤੱਕ ਦੇ ਵਿੱਚੋਂ ਸ਼ੀਸ਼ੇ ਦੇ, ਉਹ ਜਿਸ ਹਿਸਾਬ ਨਾਲ ਉਹਨੂੰ ਕੋ ਕੇ ਮਾਰਿਆ ਗਿਆ ਆ। ਸੋ ਇਹ ਇੱਕ ਇਕੱਲਾ ਹਵਸ ਬੁਝਾਉਣ ਵਾਲਾ ਨਹੀਂ ਹੈਗਾ, ਇੱਕ ਸਾਈਕੋਪੈਥ ਦਾ ਕੰਮ ਆ ਜਿਹਨੇ ਉਹਨੂੰ ਕਿ ਆਪਣੇ ਜਾਣੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਆਲਰੇਡੀ ਰੇਅਰੈਸਟ ਆਫ ਰੇਅਰ ਕੇਸ 'ਚ ਆ, ਇਹਦੇ ਵਿੱਚ ਜੇ ਅਸਲੀ ਕਲਪਰੇਟ ਫੜੇ ਜਾਂਦੇ ਆ ਜਾਂ ਜਿਹੜੇ ਵੀ ਆ, ਉਹਨੂੰ ਫਾਂਸੀ ਦੀ ਸਜ਼ਾ ਹੋਊਗੀ ਹੋਊਗੀ, 100% ਹੋਊਗੀ। ਅਜਿਹੇ ਕੇਸ ਹੋਰ ਵੀ ਕੋਈ ਸਾਹਮਣੇ ਆਏ ਨੇ, ਜਿਸ ਤਰ੍ਹਾਂ ਨਿਰਭਯਾ ਕਾਂਡ ਵਾਲਾ ਹੋ ਗਿਆ, ਇੱਕ ਇਹ ਹਾਈਲਾਈਟ ਹੋ ਗਿਆ, ਪਹਿਲਾਂ ਵੀ ਅਜਿਹੇ ਕੇਸ ਕੋਈ ਸਾਹਮਣੇ? ਸਰ ਦੇਖੋ, ਇਹ ਤਾਂ ਹਥਰਸ ਵਾਲਾ ਆਪਣੇ ਕੋਲ ਨਾ ਉਹ ਆ, ਆਪਣੇ ਕੋਲ ਬਹੁਤ ਸਾਰੇ ਕੇਸਿਸ ਆ। ਬਟ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਕਰਤਾਰਪੁਰ ਦੇ ਵਿੱਚ ਹੋਇਆ ਸੀਗਾ 2022 ਦੇ ਵਿੱਚ, ਉਹਦੇ ਵਿੱਚ ਬੰਦਾ ਹਾਲੇ ਤੱਕ ਫਰਾਰ ਆ, ਬੱਚੀ 9 ਸਾਲ ਦੀ ਆ, ਹਾਲੇ ਫੜਿਆ ਨਹੀਂ ਫੜਿਆ ਗਿਆ। ਉਹ ਬੱਚੀ ਨੂੰ ਉਹਨੇ ਜਿਹੜੀ ਆਪਣੀ ਸੀਵਰੇਜ ਵਾਲੀ ਉਹ ਨਹੀਂ ਹੁੰਦੀ ਹੈਗੀ, ਪੈਪ ਹੁੰਦੀ ਆ ਵੱਡੀ, ਉਹਦੇ ਵਿੱਚ ਲਿਜਾ ਕੇ ਬੱਚੀ ਨੂੰ ਪਪੀਤੇ ਦਾ ਬਹਾਨਾ ਬਣਾ ਕੇ ਲੈ ਕੇ ਗਿਆ, ਅਤੇ ਉੱਥੇ ਜਾ ਕੇ ਉਹਨੇ ਬੱਚੀ ਨੂੰ ਜਿਹੜਾ ਹੈਗਾ ਆ ਬਰੂਟਲੀ ਰੇਪ ਕੀਤਾ, ਫਿਰ ਉਹਨੂੰ ਮਰੀ ਹੋਈ ਸਮਝ ਕੇ ਪੋਲੀ ਬੈਗ ਦੇ ਵਿੱਚ ਪਾ ਕੇ ਸੜਕ 'ਤੇ ਸਿੱਟ ਗਿਆ। ਉਹ ਖੂਨ ਨਾਲ ਲੱਥਪੱਥ, ਜਦੋਂ ਬੱਚੀ ਦੀ ਮਤਲਬ ਉਹ ਬੋਡੀ ਮਿਲੀ ਤਾਂ ਉਹ ਸਾਹ ਲੈ ਰਹੀ ਸੀ, ਉਹਨੂੰ ਹੋਸਪਿਟਲ ਲੈ ਗਏ, ਮੇਜਰ ਸਰਜਰੀਜ਼ ਹੋਈਆਂ, ਬਟ ਉਹ ਬੰਦਾ ਹਜੇ ਤੱਕ ਅਨਟਰੇਸ ਆ। ਬੰਦੇ ਦਾ ਨਾਮ ਰਾਜੇਸ਼ ਆ ਐਂਡ ਰਕੇਸ਼ ਆ, ਉਹ ਹੈਗਾ ਝਾਰਖੰਡ ਦਾ। ਸੋ ਇਮੀਡੀਏਟਲੀ ਫਰਾਰ ਹੋ ਗਿਆ, ਹਾਲੇ ਤੱਕ ਉਹ ਲੱਭਿਆ ਨਹੀਂ, ਪਾਰਟੀਜ਼ ਵੀ ਗਈਆਂ ਔਰ ਪੁਲਿਸ ਨੇ ਵੀ, ਉਹਦੇ ਵਿੱਚ ਬੱਚੀ ਨੂੰ ਜਸਟਿਸ ਪਤਾ ਨਹੀਂ ਮਿਲੇਗੀ ਕਿ ਨਹੀਂ ਮਿਲੇਗੀ। ਇਹ ਕੇਸ ਬਹੁਤ ਹੀਨੀਅਸ ਸੀਗਾ, ਔਰ ਇੱਕ ਕੇਸ ਸਰ ਉਹਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਆ ਮੁਕੇਸ਼ ਨੂੰ, ਉਹ ਕਪੂਰਥਲੇ ਦਾ ਸੀਗਾ, 6 ਸਾਲ ਦੀ ਬੱਚੀ ਸੀਗੀ, ਉਹਨੂੰ ਟੋਫੀ ਦਾ ਬਹਾਨਾ ਬਣਾ ਕੇ ਲੈ ਕੇ ਗਿਆ, ਉਹਨੂੰ ਮਲਟੀਪਲ ਉਹਨੇ ਜਿਹੜਾ ਹੈਗਾ ਰਿਪੀਟਡ ਓਫੈਂਸ ਕੀਤਾ, ਐਂਡ ਦੈਨ ਉਸ ਬੱਚੀ ਦੀਆਂ ਬਾਹਾਂ ਲੱਤਾਂ ਤੋੜੀਆਂ, ਜੋ ਬਾਅਦ ਵਿੱਚ ਮਤਲਬ ਹੁਣ ਨਾ ਸ਼ੀ ਇਜ਼ ਫਾਈਨ ਐਂਡ ਸਰਵਾਈਵ ਕਰ ਗਈ। ਫਿਰ ਉਹਨੇ ਇੱਕ ਡੰਡਾ ਲੈ ਕੇ ਨਿਰਭਯਾ ਵਾਂਗੂ ਉਹਦੇ ਅੰਦਰ ਇਨਸਰਟ ਕੀਤਾ ਕਿ ਉਹਨੂੰ ਚੰਗੀ ਤਰ੍ਹਾਂ ਮਾਰਨ ਦੀ ਖਾਤਰ। ਸੋ ਔਰ ਇਹ ਬੱਚੀ ਤਾਂ ਸਿਰਫ 6 ਸਾਲ ਦੀ ਸੀਗੀ। ਸੋ ਤੁਸੀਂ ਦੇਖੋ ਕਿ ਇਹ ਕਿੰਨਾ ਗਰੂਸਮ ਐਕਟ ਆ। ਸੋ ਉਹਦੇ ਵਿੱਚ ਫਾਂਸੀ ਹੋਈ ਆ ਪੰਜਾਬ ਦੇ ਵਿੱਚ ਮੁਕੇਸ਼ ਨੂੰ। ਇੱਕ ਹੋਰ ਵੀ ਰਿਪੋਰਟ ਆਈ ਆ ਵੀ ਜਿਹੜੇ ਹੁਣ MPਾਂ 'ਤੇ ਵੀ ਮਾਮਲੇ ਦਰਜ ਨੇ, 16-17 MP ਨੇ, 130 ਤੋਂ ਉੱਪਰ ਜਿਹੜੇ ਵਿਧਾਇਕ ਨੇ ਉਹਨਾਂ 'ਤੇ ਵੀ ਉੱਪਰ ਵੀ ਜਬਰ ਜਨਾਹ ਦੇ ਕੇਸ ਦਰਜ ਨੇ। ਹੁਣ ਇਹ ਵੀ ਸਮਾਜ ਦੇ ਵਿੱਚ ਸਵਾਲ ਉੱਠ ਰਿਹਾ ਕਿ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਜਿਤਾ ਕੇ ਭੇਜ ਦਿੰਦੇ ਉਹ ਸਮਾਜ ਦੀ ਕੀ ਰਾਖੀ ਕਰਨਗੇ? ਉਹ ਤਾਂ ਆਪ ਪਹਿਲੀ ਲਿਬੜੇ ਹੋਏ ਨੇ, ਉਹਨਾਂ ਦੇ ਪਹਿਲੀ ਛਿੱਟੇ ਨੇ ਉਹਨਾਂ ਦੇ ਉਹਦੇ ਕੈਰੀਅਰ ਦੇ ਵਿੱਚ ਨਾ ਦੋ ਪੱਖ ਆ ਜਾਂਦੇ ਆ। ਕਿਉਂਕਿ ਜੇ ਆਪਾਂ ਨਿਊਟਰਲ ਵਿਊ ਲਈਏ, ਇੱਕ ਤਾਂ ਹੈ ਕਿ ਜਿਹੜੀ ਮੈਂ ਕਿਹਾ ਕਿ ਅਲੀਟ ਕਲਾਸ ਆ, ਮੋਸਟਲੀ ਅਲੀਟ ਕਲਾਸ, ਇਹਨੂੰ ਅਲੀਟ 'ਚ ਹੀ ਕਾਊਂਟ ਕਰਾਂਗੇ ਆਪਾਂ, ਇਹ ਕਿਸੇ ਨਾਲ ਇਹੋ ਜਿਹਾ ਘਿਨਾਉਣਾ ਜੁਰਮ ਕਰਦੇ, ਉਹ ਗੱਲਾਂ ਬਾਹਰ ਨਹੀਂ ਆਉਂਦੀਆਂ। ਅਤੇ ਜਦੋਂ ਇਹੋ ਜਿਹੇ ਕੇਸਾਂ ਦੀਆਂ ਬਾਹਰ ਆਉਂਦੀਆਂ ਫਿਰ ਬਹੁਤ ਹਾਈਲਾਈਟ ਹੁੰਦੀਆਂ ਨੇ, ਅਤੇ ਜਿਹੜੀਆਂ ਚੀਜ਼ਾਂ ਹਾਈਲਾਈਟ ਨਹੀਂ ਹੁੰਦੀਆਂ, ਜਿਵੇਂ ਆਪਣੇ ਇੱਥੇ ਸਿਮਰਨਜੀਤ ਬੈਂਸ ਦਾ ਕੇਸ ਹੋਇਆ ਸੀਗਾ, ਸੋ ਇਹ ਉਹੋ ਜਿਹੇ ਕੇਸਿਸ ਆ ਜਾਂਦੇ ਆ ਜਿਹਦੇ ਵਿੱਚ ਕਿਤੇ ਨਾ ਕਿਤੇ ਕੰਸੈਂਟ ਜਿਹੜੀ ਹੈ ਇਨਵੋਲਵ ਹੁੰਦੀ ਆ। ਸੋ ਉਹ ਲਾਲਚ ਨੂੰ ਲੈ ਕੇ ਹੋਵੇ, ਜਾਂ ਇਹ ਵੀ ਹੋ ਸਕਦਾ ਕਿ ਦੋਨਾਂ ਦੇ ਪਹਿਲਾਂ ਜਿਵੇਂ ਸੁੱਚਾ ਸਿੰਘ ਲੰਗਾਹ ਦਾ ਕੇਸ ਆਇਆ ਸੀ। ਸੋ
ਇਹ ਉਹੋ ਜਿਹੇ ਕੇਸ ਵੀ ਬਹੁਤ ਸਾਰੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੰਸੈਂਚੁਅਲ ਰਿਲੇਸ਼ਨ ਹੁੰਦਾ ਆ, ਬਾਅਦ ਵਿੱਚ ਬਲੈਕਮੇਲਿੰਗ ਐਂਡ ਆਲ, ਉਸ ਚੱਕਰ ਦੇ ਵਿੱਚ ਰੇਪ ਦੇ ਕੇਸ ਲਾਗ ਡਾਟ ਦੇ ਵਿੱਚ ਵੀ ਜਿਹੜੇ ਆ ਦਰਜ ਹੋ ਜਾਂਦੇ ਆ। ਸੋ ਇਸ ਚੀਜ਼ ਨੂੰ ਆਪਾਂ ਉਵੇਂ ਨਾ ਲੈ ਕੇ ਚੱਲੀਏ, ਇਹਦੇ ਵਿੱਚ ਆਹ ਵਾਲਾ ਪੱਖ ਵੀ ਹੈਗਾ ਆ। ਔਰ ਸਾਨੂੰ ਜਦੋਂ ਵੀ ਅਸੀਂ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹਾਂ ਜਾਂ ਕੰਮ ਕਰਦੇ ਹਾਂ, ਮੈਨੂੰ ਲੱਗਦਾ ਕਿ ਸਾਡਾ ਇੱਕ ਵਿਊ ਆ ਜਿਹੜਾ ਉਸ ਸਮੇਂ ਬਿਲਕੁਲ ਨਿਊਟਰਲ ਹੋਣਾ ਚਾਹੀਦਾ, ਕਿਉਂਕਿ ਜੱਜ ਵੀ ਬਿਲਕੁਲ ਨਿਊਟਰਲ ਹੋ ਕੇ ਪੱਖ ਦੇਖ ਕੇ ਉਹ ਫੈਸਲਾ ਕਰਦੇ ਆ। ਬਟ ਸਾਡੇ ਲੋਕਾਂ ਦੀ ਗੱਲ ਪਤਾ ਕਿ ਸਾਡੇ ਲੋਕਾਂ ਨੂੰ ਜਿੱਧਰ ਨੂੰ ਖਿੱਚ ਦਿੱਤਾ ਜਾਂਦਾ ਉਵੇਂ ਇੱਕਦਮ ਤੁਰ ਪੈਂਦੇ ਆ। ਦਿੱਕਤ ਇਹ ਆ, ਸਾਡੇ ਲੋਕਾਂ ਨੂੰ ਐਂ ਲੱਗਦਾ ਵੀ ਬੜਾ ਰੋਸ ਜਿਹਾ ਆ ਜਾਂਦਾ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਕੈਂਡਲ ਮਾਰਚ ਕਰ ਲਈ, ਅਸੀਂ ਪ੍ਰੋਟੈਸਟ ਕਰ ਲਿਆ, ਅਸੀਂ ਆਹ ਕੁਛ ਕਰ ਲਿਆ। ਕਰਨਾ ਬਹੁਤ ਜ਼ਰੂਰੀ ਆ, ਮੈਂ ਨਹੀਂ ਕਹਿੰਦੀ ਕਿ ਨਹੀਂ ਜ਼ਰੂਰੀ ਹੈਗਾ, ਪਰ ਉਹ ਕਰਨ ਦੇ ਨਾਲ ਨਾਲ ਹੋਰ ਜਿਹੜੇ ਇਸ ਚੀਜ਼ ਨੂੰ ਖਤਮ ਕਰਨ ਲਈ ਕੰਮ ਕਰਨੇ ਨਾ, ਉਹ ਜ਼ਿਆਦਾ ਜ਼ਰੂਰੀ ਨੇ। ਸੋ ਇਸ ਕਰਕੇ ਚੀਜ਼ਾਂ ਹਾਈਲਾਈਟ ਹੋ ਜਾਂਦੀਆਂ। ਕਈ ਲੋਕ ਇਹ ਵੀ ਸੋਚਦੇ ਨੇ, ਕਹਿੰਦੇ ਕੈਂਡਲ ਮਾਰਚਾਂ ਦੇ ਨਾਲ ਕੋਈ ਹੱਲ ਨਹੀਂ ਹੋਣਾ ਹੈਗਾ, ਕਿ ਇਹ ਵੀ ਲੋਕ ਸੋਚਦੇ ਨੇ, ਕਹਿੰਦੇ ਕੈਂਡਲ ਮਾਰਚ ਕਰਕੇ ਤੁਸੀਂ ਬਹਿ ਜਾਂਦੇ ਹੋ, ਫਿਰ ਲੰਮਾ ਲੰਮਾ ਸਮਾਂ ਇਨਸਾਫ਼ ਨਹੀਂ ਮਿਲਦਾ। ਹੁਣ ਇਹ ਕੁੜੀ ਦੇ ਵੀ ਮਾਪੇ ਵੀ ਕਾਫੀ ਬਜ਼ੁਰਗ ਨੇ, ਕਾਫੀ ਬਿਮਾਰ ਵੀ ਰਹਿੰਦੇ ਨੇ, ਹੈ ਨਾ ਉਹਨਾਂ ਨੂੰ, ਅਤੇ ਉਹ ਕਹਿੰਦੇ ਵੀ ਇਹਨਾਂ ਕੋਈ ਹੱਲ ਨਹੀਂ। ਹੱਲ ਕੀ ਹੋ ਸਕਦਾ, ਠੋਸ ਹੱਲ ਇਹਦਾ ਕੀ? ਹੱਲ ਤਾਂ ਜੁਡੀਸ਼ਰੀ ਦੇ ਕੋਲ ਹੀ ਹੈ ਨਾ ਇਸ ਚੀਜ਼ ਦਾ, ਕਿ ਫੇਅਰ ਇਨਵੈਸਟੀਗੇ। ਦੇਖੋ ਐਂ ਆਪਾਂ ਕਹੀਏ ਕਿ ਨਹੀਂ ਹੁੰਦਾ, ਹੁਣ ਜਦੋਂ ਸਾਰੇ ਪਾਸੇ ਕੈਂਡਲ ਮਾਰਚ, ਤੁਸੀਂ ਦੇਖੋ ਕਿ ਜਿਹੜਾ ਆਹ ਵਾਲਾ ਕੇਸ ਆ, ਪਹਿਲਾਂ ਇੱਥੇ ਆ, 3 ਘੰਟੇ ਤੱਕ ਬੱਚੇ ਦੇ ਲੜਕੀ ਜਿਹੜੇ ਡਾਕਟਰ ਸਾਹਿਬ ਸੀਗੇ ਉਹਨਾਂ ਦੇ ਪੇਰੈਂਟ ਨੂੰ ਤੱਕ ਨੂੰ ਦੇਖਣ ਨਹੀਂ ਦਿੱਤਾ ਗਿਆ। ਪਹਿਲਾਂ ਇਹਨਾਂ ਨੇ ਇਹਨੂੰ ਸੁਸਾਈਡੀਅਲ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ, ਠੀਕ ਆ। ਇਹ ਲੋਕਾਂ ਦਾ ਰੋਸ ਹੀ ਸੀਗਾ ਜਿਹਦੇ ਕਰਕੇ ਫੈਕਟ ਸਾਹਮਣੇ ਆਏ ਅਤੇ ਚੀਫ ਜਸਟਿਸ ਆਫ ਇੰਡੀਆ ਨੂੰ ਸੂਓ ਮੋਟੋ ਲੈਣਾ ਪੈ ਗਿਆ, ਬਿਲਕੁਲ ਠੀਕ ਹੈ। ਸੋ ਇਹ ਨਹੀਂ ਗਾ ਕਿ ਇਹ ਪ੍ਰੋਟੈਸਟ ਮੁਜ਼ਾਹਰਿਆਂ ਨਾਲ ਕੁਛ ਹੁੰਦਾ ਨਹੀਂ, ਇਹਨਾਂ ਨਾਲ ਬਹੁਤ ਕੁਛ ਹੁੰਦਾ ਆ, ਇਫੈਕਟ ਹੁੰਦਾ ਆ। ਸੋ ਇਟ ਇਜ਼ ਅ ਇਫੈਕਟਿਵ ਵੇ, ਔਰ ਲੋਕਾਂ ਨੂੰ ਕਦੇ ਵੀ ਇਹ ਲੋਕਤੰਤਰਿਕ ਜਿਹੜੇ ਸਾਡੇ ਇਹ ਯਤਨ ਹੈਗੇ ਨੇ, ਕਦੇ ਬੰਦ ਨਹੀਂ ਕਰਨੇ ਚਾਹੀਦੇ। ਇਸ ਚੀਜ਼ ਦਾ ਪ੍ਰਭਾਵ ਪੈਂਦਾ, ਅਸਰ ਪੈਂਦਾ, ਇਹਦੇ ਨਾਲ ਸਪੀਡੀ ਵੀ ਹੋ ਜਾਂਦਾ, ਪ੍ਰੈਸ਼ਰ ਵੀ ਪੈਂਦਾ ਪੁਲਿਸ 'ਤੇ, ਔਰ ਕਈ ਵਾਰ ਜਿਹੜੀਆਂ ਚੀਜ਼ਾਂ ਛੁਪਾਉਣ ਦੀ ਕੋਸ਼ਿਸ਼ ਹੁੰਦੀ ਆ ਉਹ ਵੀ ਸਾਹਮਣੇ ਆਉਂਦੀਆਂ ਨੇ। ਜੈਸਿਕਾ ਮਰਡਰ ਕੇਸ ਆਪਣੇ ਸਾਹਮਣੇ ਆ, ਬਿਲਕੁਲ, ਉਹਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕਰਕੇ ਕੀਤਾ। ਸੋ ਇਹ ਨਹੀਂ ਗਾ ਕਿ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ ਆ, ਬਟ ਇਕੱਲੇ ਪ੍ਰੋਟੈਸਟ ਨਾਲ ਕੁਛ ਨਹੀਂ ਹੁੰਦਾ। ਇੱਕ ਗੱਲ ਹੋਰ ਵੀ ਆਉਂਦੀ, ਜਿਸ ਤਰ੍ਹਾਂ ਇਹ ਕੋਲਕਾਤੇ ਵਾਲੇ ਕੇਸ ਦੇ ਵਿੱਚ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ, ਜਸਟਿਸ ਨੇ ਕਿਹਾ, ਕਹਿੰਦੇ ਵੀ ਪੁਲਿਸ ਨੇ ਦੇਰੀ ਕਰ ਦਿੱਤੀ, ਜਦੋਂ ਪੋਸਟਮਾਰਟਮ ਹੋਣ ਤੋਂ ਬਾਅਦ ਸੰਸਕਾਰ ਹੋ ਜਾਂਦਾ ਫਿਰ ਐਫ ਆਈ ਆਰ ਦਰਜ ਹੁੰਦੀ ਹੈ। ਇਸ ਤਰ੍ਹਾਂ ਵੀ ਹੁੰਦਾ ਵੀ ਜਦੋਂ ਜਿਹੜੇ ਅਫਸਰ ਕਾਰਵਾਈ ਕਰ ਰਹੇ ਹੁੰਦੇ ਨੇ ਉਸ ਕੇਸ ਨੂੰ ਲੈ ਕੇ ਜੇਕਰ ਕੋਈ ਗਲਤ ਧਾਰਾ ਲਾ ਦੇਣ ਜਾਂ ਢਿੱਲ ਵਰਤ ਲੈਣ, ਉਹ ਕੇਸ ਕਮਜ਼ੋਰ ਹੁੰਦਾ ਹੈ? ਬਿਲਕੁਲ ਹੁੰਦਾ ਸੀ, ਦੇਖੋ, ਕਿਉਂਕਿ ਉਹ ਕੋਈ ਵੀ ਕਿਹਾ ਜਾਂਦਾ ਵੀ ਸਬੂਤ ਵੀ ਹਿੱਲੇ ਨੇ, ਸਬੂਤ ਨਾਲ ਵੀ ਛੇੜਛਾੜ ਲਈ, ਤਾਂ ਤੁਸੀਂ ਆਪ ਸੋਚ ਕੇ ਦੇਖ ਲਓ ਕਿ ਅੱਧਾ ਘੰਟਾ ਕਾਫੀ ਆ, ਤਾਂ 3 ਘੰਟੇ ਦਾ ਟਾਈਮ ਲਿਆ ਗਿਆ। ਸੋ ਉਹਦੇ ਕੋਲ ਜੇ ਆਪਣੇ ਕੋਲ ਇਕੱਲੇ ਸਬੂਤ ਬਚੇ ਆ, ਜਿਹੜੇ ਕ੍ਰਾਈਮ ਸੀਨ ਦੇ ਉੱਤੇ ਤਾਂ ਕੰਮ ਵੀ ਸ਼ੁਰੂ ਕਰਾਤਾ, ਕ੍ਰਾਈਮ ਸੀਨ ਉਹਨਾਂ ਨੇ ਪੂਰਾ ਡਿਸਟਰੋਏ ਕਰਤਾ, ਔਰ ਹੁਣ ਜੇ ਸਾਡੇ ਕੋਲ ਕੁਛ ਬਚਿਆ ਆ ਤਾਂ ਉਹ ਸਿਰਫ ਉਹਨਾਂ ਦੀ ਡੈੱਡ ਬੋਡੀ ਬਚੀ ਆ, ਉਸ ਡੈੱਡ ਬੋਡੀ ਵਿੱਚੋਂ ਹੀ ਜੋ ਕੁਛ ਨਿਕਲਣਾ ਹੈ ਉੱਥੋਂ ਹੀ ਨਿਕਲ ਕੇ ਆਉਣਾ। ਔਰ ਐਜ਼ ਪਰ ਜੇ ਆਪਾਂ ਐਵੀਡੈਂਸ ਐਕਟ ਦੇਖੀਏ ਨਾ, ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਆ ਅਤੇ ਇਹਦੀ ਐਵੀਡੈਂਟਰੀ ਵੈਲਿਊ ਬਹੁਤ ਜ਼ਿਆਦਾ ਨਹੀਂ ਹੈਗੀ, ਸੋ ਇਹਦੇ ਬੇਸਿਸ ਦੇ ਉੱਤੇ ਕਦੇ ਵੀ ਕੋਈ ਕਨਵਿਕਸ਼ਨ ਨਹੀਂ ਹੁੰਦੀ ਹੈਗੀ। ਸੋ ਉਹਦੇ ਨਾਲ ਹੋਰ ਕੋਰੋਬਰੇਟਿਵ ਜਿਹੜੇ ਹੈਗੇ ਐਵੀਡੈਂਸ ਚਾਹੀਦੇ ਹੁੰਦੇ ਨੇ। ਸੋ ਆਲਰੇਡੀ ਇਹਨਾਂ ਨੇ ਕੇਸ ਵੀਕ ਕੀਤਾ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਗਾ। ਔਰ ਕੇਸ ਵੀਕ ਕਰਨ ਦੀ ਖਾਤਰ ਹੀ ਤਾਂ ਐਡਾ ਜੋ ਹੈ ਬਵੰਡਰ ਰਚਿਆ ਗਿਆ, ਸੁਸਾਈਡ ਕੇਸ ਦੱਸਿਆ ਗਿਆ, ਜਿਹੜਾ ਜਦੋਂ ਤੁਸੀਂ ਬੋਡੀ ਨੂੰ ਦੇਖ ਲਓਗੇ ਤੁਹਾਨੂੰ ਕਲੀਅਰ ਲੱਗਦਾ ਕਿ ਦਿਸ ਇਜ਼ ਨੋਟ ਜਸਟ ਆ ਸੁਸਾਈਡਲ ਕੇਸ। ਸੁਸਾਈਡ ਕਰਨ ਲਈ ਇੱਕ ਡਾਕਟਰ ਆ, ਉਹ ਆਪਣੇ ਆਪ ਨੂੰ ਇੰਨਾ ਮਾਰੇਗੀ? ਉਹ ਤਾਂ ਸਾਫ਼ ਦਿਖਣ ਵਾਲੀਆਂ ਚੀਜ਼ਾਂ ਨੇ। ਜੇ ਕਿਸੇ ਨੇ ਸੁਸਾਈਡ ਕਰਨਾ ਵੀ, ਉਹ ਇਹੋ ਜਿਹੇ ਤਰੀਕੇ ਨਾਲ ਥੋੜ੍ਹੀ ਕਰੂ, ਹੋਰ ਬਹੁਤ ਸਾਰੇ ਆਪਣੇ ਆਪ ਨੂੰ ਇੰਨੀ ਤਕਲੀਫ਼ ਦੇ ਕੇ ਥੋੜ੍ਹੀ ਕਰੂ, ਅਤੇ ਸੋ ਇਹ ਔਰ CCTV ਨਾ ਹੋਣੇ, ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਸਵਾਲੀਆ ਚਿੰਨ੍ਹ ਖੜ੍ਹੇ ਹੁੰਦੇ ਨੇ, ਸਵਾਲੀਆ ਨਿਸ਼ਾਨ ਲੱਗਦੇ ਨੇ। ਮੈਨੂੰ ਲੱਗਦਾ ਕਿ ਇਹ ਬਹੁਤ ਵੱਡੇ ਲੈਵਲ ਦਾ ਕੋਈ ਹੋਰ ਕਾਰਾ ਆ,
ਜੋ ਇਹਦੇ ਵਿੱਚ ਕੀਤਾ ਗਿਆ। ਜਿਸ ਹਿਸਾਬ ਨਾਲ ਓਫੈਂਸ ਆ, ਜੇ ਆਪਾਂ ਕ੍ਰਿਮੀਨਲ ਸਾਈਕੋਲੋਜੀ ਨੂੰ ਦੇਖੀਏ ਤਾਂ ਇਹ ਉਹਨੂੰ ਬਹੁਤ ਕੋਹ ਕੇ ਮਾਰਨਾ, ਇਹ ਇਕੱਲਾ ਜਿਹੜਾ ਹਵਸ ਮਿਟਾਉਣ ਦਾ ਹੁੰਦਾ ਆ ਨਾ, ਉਹਦਾ ਕੰਮ ਨਹੀਂ ਹੈਗਾ। ਇਹਦੇ ਵਿੱਚ ਉਹਨੂੰ ਸਜ਼ਾ ਦਿੱਤੀ ਗਈ ਆ ਆਪਣੇ ਜਾਣੀ। ਸੋ ਉਹ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਕੋਈ ਸੈਕਸ ਰੈਕਟਰ ਚੱਲਦਾ ਸੀਗਾ, ਇਹ ਉਹਨਾਂ ਦੇ ਖਿਲਾਫ ਆਵਾਜ਼ ਚੱਕ ਰਹੇ ਸੀਗੇ, ਇਹਨਾਂ ਨੇ ਆਵਾਜ਼ ਉਠਾਉਣੀ ਸੀ, ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਲੈ ਕੇ ਇਸ ਡਾਕਟਰ ਨੂੰ ਸਜ਼ਾ ਦੇ ਆਪਦੇ ਜਾਣੀ। ਮਤਲਬ ਓਬਵੀਅਸ ਜੀ ਗੱਲ ਹੈ ਨਾ, ਉਹਨਾਂ ਨੂੰ ਸਜ਼ਾ ਦੇ ਕੇ ਇਹਨਾਂ ਨੇ ਬਾਕੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਤੁਸੀਂ ਵੀ ਇਹਨਾਂ ਚੀਜ਼ਾਂ 'ਤੇ ਬੋਲੇ ਤੁਹਾਡਾ ਹਾਲ ਹੋਊਗਾ। ਦਿਸ ਇਜ਼ ਵਾਟ ਮੈਨੂੰ ਲੱਗ ਰਿਹਾ ਆ। ਤੁਸੀਂ ਇੱਕ ਕੁੜੀ ਹੋ, ਐਜ ਏ ਵਕੀਲ, ਕਿਵੇਂ ਸੁਧਾਰ ਹੋ ਸਕਦਾ, ਕਿਵੇਂ ਸੁਰੱਖਿਅਤ ਹੋ ਸਕਦੀਆਂ ਨੇ ਕੁੜੀਆਂ ਭਾਰਤ ਦੇ ਵਿੱਚ ਮਹਿਲਾਵਾਂ? ਸਿਰ ਕੁੜੀਆਂ ਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪਊਗੀ, ਸਿੱਧੀ ਜੀ ਗੱਲ ਆ। ਦੇਖੋ ਕਿਸੇ ਦੀ ਸੁਰੱਖਿਆ 'ਤੇ ਉੱਤੇ ਅਸੀਂ ਡਿਪੈਂਡੈਂਟ ਕਿਉਂ ਰਹੀਏ? ਸਾਨੂੰ ਆਪਣੇ ਆਪ ਦੇ, ਤੁਸੀਂ ਮਹਿਲਾ ਦੀ ਗੱਲ ਕਰ ਰਹੇ ਹੋ, ਮੈਨੂੰ ਤਾਂ ਇੱਥੇ ਮੁੰਡੇ ਸੁਰੱਖਿਅਤ ਨਹੀਂ ਲੱਗਦੇ, ਅਤੇ ਜਾਨਵਰ ਸੁਰੱਖਿਅਤ ਨਹੀਂ ਹੈਗੇ। ਜੋਨ ਅਬਰਾਹਮ ਨੇ ਕਿਹਾ ਨਾ, ਕਹਿੰਦਾ ਕਿ ਇੰਡੀਆ ਉਹ ਦੇਸ਼ ਆ ਜਿਹਦੇ ਵਿੱਚ ਜਾਨਵਰ, ਬੱਚੇ ਅਤੇ ਔਰਤਾਂ ਸੁਰੱਖਿਅਤ ਨਹੀਂ ਗੀਆਂ, ਕਿਉਂਕਿ ਜਾਨਵਰਾਂ ਨਾਲ ਵੀ ਕੁਕਰਮ ਹੁੰਦੇ ਆ। ਔਰ ਮੈਂ ਕਹਿੰਦੀ ਇਹਦੇ ਵਿੱਚ ਮਰਦ ਵੀ ਸੁਰੱਖਿਅਤ ਨਹੀਂ, ਇੱਦਾਂ ਤਾਂ ਸਾਰੇ ਸੁਰੱਖਿਅਤ ਅਸੀਂ ਕਿਤੇ ਵੀ ਨਹੀਂ ਗਏ, ਸਾਨੂੰ ਆਪਣੇ ਆ ਸੈਲਫ ਡਿਫੈਂਸ ਆਪ ਕਰਨਾ ਪੈਣਾ ਆ। ਕੁੜੀਆਂ ਨੂੰ ਚਾਹੀਦਾ ਕਿ ਉਹ ਆਪਣੇ ਨਾਲ ਚਿੱਲੀ ਪਾਊਡਰ ਜ਼ਰੂਰ ਰੱਖਣ, ਕਿਉਂਕਿ ਇਹੋ ਜਿਹੇ ਮੌਕੇ 'ਤੇ ਇਹੋ ਜਿਹੀਆਂ ਚੀਜ਼ਾਂ ਹੀ ਕੰਮ ਆਉਂਦੀਆਂ ਨੇ। ਹੋਰ ਸੈਲਫ ਡਿਫੈਂਸ ਸਿੱਖ ਕੇ ਰੱਖਣਾ, ਆਪਾਂ ਨੂੰ ਸਕੂਲਾਂ ਦੇ ਵਿੱਚ ਜਿਹੜੇ ਸੈਲਫ ਡਿਫੈਂਸ ਮੈਕਨਿਜ਼ਮ ਆ ਨਾ, ਸਿਖਾਉਣਾ ਚਾਹੀਦਾ ਆ ਸਾਨੂੰ ਇਹ ਚੀਜ਼ਾਂ ਲਈ ਅਵੇਅਰ ਕਰਕੇ ਰੱਖਣਾ ਪਊਗਾ ਵੀ ਸਾਨੂੰ ਨਹੀਂ ਪਤਾ ਕਿ ਤੁਰੇ ਜਾਂਦੇ ਸਾਡੇ 'ਤੇ ਕਦੋਂ ਮੁਸੀਬਤ ਪੈ ਜਾਣੀ, ਅਸੀਂ ਉਸ ਚੀਜ਼ ਲਈ ਪ੍ਰਿਪੇਅਰ ਰਹੀਏ। ਸੋ ਮੁਸੀਬਤ ਕਦੇ ਵੀ ਕਿਤੇ ਵੀ ਕਿੱਧਰੋਂ ਵੀ ਆ ਸਕਦੀ, ਸਾਨੂੰ ਉਹਦੇ ਲਈ ਪ੍ਰਿਪੇਅਰ ਰਹਿਣਾ ਚਾਹੀਦਾ। ਦੂਜੀ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਕਿ ਸਾਨੂੰ ਸਾਡੇ ਮੁੰਡਿਆਂ ਨੂੰ ਸਿਖਾਉਣਾ ਪਊਗਾ ਕਿ ਤੁਸੀਂ ਸਮਾਜ 'ਚ ਵਿਚਰਨਾ ਕਿਵੇਂ ਆ, ਵੀ ਜਿਹੜੀ ਬਾਹਰ ਆ ਉਹ ਤੇਰੀ ਭੈਣ ਵਰਗੀ ਹੀ ਆ, ਉਹ ਤੇਰੀ ਮਾਂ ਵਰਗੀ ਹੀ ਆ, ਤੇਰੀ ਬੱਚੀ ਵਰਗੀ ਹੀ ਆ। ਸੋ ਇਹ ਚੀਜ਼ਾਂ ਸਿਖਾਉਣੀਆਂ ਪੈਣਗੀਆਂ। ਸੋਸ਼ਲਾਈਜੇਸ਼ਨ 'ਤੇ ਬਹੁਤ ਕੁਛ ਨਿਰਭਰ ਕਰਦਾ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਸੋਸ਼ਲਾਈਜੇਸ਼ਨ 'ਤੇ ਬਹੁਤ ਨਿਰਭਰ ਕਰਦਾ ਆ। ਜਿਸ ਤਰ੍ਹਾਂ ਅੱਜ ਕੱਲ੍ਹ ਦੌਰ ਚੱਲ ਰਿਹਾ, ਤੁਸੀਂ ਦੇਖਿਆ ਹੋਣਾ ਰੀਲਾਂ ਤਰ੍ਹਾਂ ਤਰ੍ਹਾਂ ਦੀਆਂ ਵਾਇਰਲ ਹੁੰਦੀਆਂ ਨੇ, ਤਾਂ ਮੋਹਾਲੀ ਦੀਆਂ ਵੀ ਬਹੁਤ ਰੀਲਾਂ ਵਾਇਰਲ ਹੁੰਦੀਆਂ ਨੇ, ਉਹ ਚੀਜ਼ ਦਾ ਅਸਰ ਪੈਂਦਾ ਸਮਾਜ 'ਤੇ? ਸਰ ਬਿਲਕੁਲ ਪੈਂਦਾ, ਕਿਉਂ ਨਹੀਂ ਪਊਗਾ। ਸਰ ਦੇਖੋ, ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਦੇਖ ਕੇ ਨੱਚਣਾ ਸਿੱਖਦੇ ਆ। ਸੋਸ਼ਲ ਇੱਕ ਹਾਦਸਾ ਨਾਂ ਦੀ ਇੱਕ ਵੈਬ ਸੀਰੀਜ਼ ਆਈ ਸੀਗੀ, ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ ਸੋਸ਼ਲ ਮੀਡੀਆ ਛੋਟੇ ਬੱਚਿਆਂ ਨੂੰ ਇਨਫਲੂਐਂਸ ਕਰਦਾ ਆ, ਅਤੇ ਬੱਚੇ ਉਹਨਾਂ ਵਾਂਗੂ ਹੀਰੋ ਬਣਨਾ ਚਾਹੁੰਦੇ ਆ ਜਿਹੜੇ, ਅਤੇ ਉਹਨਾਂ ਵਾਂਗੂ ਗਲਤ ਸਟੈਪ ਚੱਕਦੇ ਨੇ। ਬਿਲਕੁਲ। ਸੋ ਗਾਣਿਆਂ ਦਾ ਅਸਰ ਬੱਚਿਆਂ ਦੇ ਉੱਤੇ ਹੁੰਦਾ, ਆਪਾਂ ਵੈਪਨ ਕਲਚਰ ਦੇ ਖਿਲਾਫ਼ ਕਿਉਂ ਜਾਂਦੇ ਹਾਂ ਜੀ? ਵੈਪਨ ਕਲਚਰ ਬੱਚਿਆਂ ਨੂੰ ਉਸ ਪਾਸੇ ਲੈ ਕੇ ਜਾਂਦਾ, ਨਸ਼ੇ ਨੂੰ ਪ੍ਰਮੋਟ ਕਰਦੇ ਆ, ਫੀਮ ਦੀ ਡੱਬੀ ਇਹ ਵੋ ਨਸ਼ਾ, ਤਾਂ ਉਹ ਬੱਚਿਆਂ 'ਤੇ ਅਸਰ ਪੈਂਦਾ ਉਹਨਾਂ ਚੀਜ਼ਾਂ ਦਾ, ਤਾਂ ਇਹਨਾਂ ਚੀਜ਼ਾਂ ਦਾ ਵੀ ਬੱਚਿਆਂ 'ਤੇ ਅਸਰ ਪੈਂਦਾ। ਦੂਸਰੀ ਗੱਲ, ਸੋਸ਼ਲ ਮੀਡੀਆ ਕਿਉਂ ਆਪਣੇ ਯੂਟਿਊਬ ਹਰ ਜਗ੍ਹਾ ਦੇ ਉੱਤੇ ਸੈਕਸੁਅਲ ਕੰਟੈਂਟ ਆ ਨਾ ਜਿਹੜਾ, ਉਹ ਭਰਮਾਰ ਦੇ ਵਿੱਚ ਮਿਲ ਰਿਹਾ ਆ, ਗੰਦੀਆਂ ਗੰਦੀਆਂ ਗੱਲਾਂ ਕਰਦੇ, ਉਸ ਚੀਜ਼ ਦਾ ਬੱਚਿਆਂ 'ਤੇ ਨੈਚੁਰਲੀ ਅਸਰ ਹੋਣਾ, ਬੱਚੇ ਆਪਣੇ ਆਪ ਨੂੰ ਕੂਲ ਡਾਊਨ ਹੋਣੀ ਜੀ। ਇੱਕ ਹੋਰ ਮੂਵੀ ਆਈ ਅਮਰਿੰਦਰ ਗਿੱਲ ਦੀ, ਦਾਰੂ ਨਾ ਪੀਂਦਾ ਹੋਵੇ, ਉਹਦੇ ਵਿੱਚ ਦਿਖਾਇਆ ਕਿ ਇੱਕ ਛੋਟਾ ਬੱਚਾ ਆ ਉਹ ਕਿਵੇਂ, ਮਤਲਬ ਜਿਹੜੇ ਬਾਹਰੋਂ ਕੂਲ ਡੂਡ ਜਿਹੇ ਟਾਈਪ ਲੱਗਦੇ ਆ ਜਾਂ ਸਿੰਗਰ, ਉਹਨਾਂ ਤੋਂ ਕਿਵੇਂ ਪ੍ਰਭਾਵਿਤ ਹੁੰਦਾ ਆ। ਸੋ ਇਸ ਚੀਜ਼ ਦਾ ਅਸਰ ਪੈਂਦਾ ਆ, ਉਹ ਆਪਣੇ ਆਪ ਨੂੰ ਕੂਲ ਜਿਹਾ ਸਮਝਣ ਦੀ ਖਾਤਰ, ਇਸ ਚੀਜ਼ ਦਾ ਇੱਕ ਸਟੇਟਸ ਜਿਹਾ ਦਿਖਾਉਣ ਦੀ ਖਾਤਰ, ਬੱਚਿਆਂ ਦੀ ਮਾਨਸਿਕਤਾ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਸ ਚੀਜ਼ ਦਾ। ਸਮਾਜ ਦੀ ਸੋਚ ਕਿਵੇਂ ਬਦਲੀ ਜਾ ਸਕਦੀ ਹੈ ਜਿਸ ਜਿਹੜੇ ਇਸ ਤਰ੍ਹਾਂ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਨੇ, ਜਿਹੜੇ ਕੁਝ ਕੁ ਲੋਕ ਨੇ ਜਿਹੜੇ ਦਰਿੰਦਗੀ ਦਿਖਾਉਂਦੇ ਨੇ, ਕਿਵੇਂ ਬਦਲੇ? ਸਾਨੂੰ ਨਾ ਪਛਾਣਨਾ ਪਊਗਾ ਕਿ ਸਾਈਕੋਪੈਥ ਕਿਹੜੇ ਕਿਹੜੇ ਆ, ਕਿਹਨਾਂ ਦੀ ਸਾਈਕੋਲੋਜੀ ਥੋੜ੍ਹੀ ਜਿਹੀ, ਕਿਉਂਕਿ ਜਿਨ੍ਹਾਂ ਦੀ ਸਾਈਕੋਲੋਜੀ, ਸਾਨੂੰ ਸਾਈਕੋਲੋਜੀ ਪੜ੍ਹਨੀ ਪਊਗੀ। ਸਾਈਕੋਲੋਜੀ ਜਿਵੇਂ ਇੱਕ ਮਤਲਬ ਜ਼ਰੂਰੀ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਆ,
ਜਦੋਂ ਸਾਨੂੰ ਸਾਈਕੋਲੋਜੀ ਪੜ੍ਹਾਈ ਜਾਊਗੀ ਨਾ, ਸਾਨੂੰ ਸਮਝ ਲੱਗੂ ਨਿੱਕੀਆਂ ਨਿੱਕੀਆਂ। ਸਾਡੇ ਸਮਾਜ ਦੀ ਇੱਕ ਤਰਾਸਦੀ ਰਹੀ ਹੈ ਕਿ ਅਸੀਂ ਸਾਈਕੋਲੋਜੀ ਨੂੰ ਹਮੇਸ਼ਾ ਇਗਨੋਰ ਕੀਤਾ, ਬਿਲਕੁਲ ਅਸੀਂ ਕਦੇ ਇੰਪੋਰਟੈਂਸ ਨਹੀਂ ਦਿੱਤੀ ਹੈਗੀ, ਔਰ ਅਸੀਂ ਸੋਚਦੇ ਹਾਂ ਕਿ ਇਹਦਾ ਉਹੀ ਹੁੰਦਾ ਆ, ਹੈ ਨਾ, ਮਾੜੀ ਜਿਹੀ ਗੱਲ ਨੂੰ, ਟੈਨਸ਼ਨ ਨੂੰ ਅਸੀਂ ਸਮਝਦੇ ਨਹੀਂ ਵੀ ਕੀ ਆ, ਕਿਸੇ ਦਾ ਰਿਐਕਸ਼ਨ ਕੀ ਆ, ਕੋਈ ਅਗਰੈਸਿਵ ਬਿਹੇਵੀਅਰ ਕਿਉਂ ਕਰਦਾ, ਕੋਈ ਇੱਕਦਮ ਪੈਨਿਕ ਕਿਉਂ ਹੁੰਦਾ। ਸਾਡੇ ਵਾਲੇ ਲੋਕ ਉਹਨੂੰ ਕਹਿੰਦੇ ਤਾਂ ਪਾਗਲ ਆ, ਸੋ ਦੇ ਡੋਂਟ ਅੰਡਰਸਟੈਂਡ ਕਿ ਇਹਦੇ ਪਿੱਛੇ, ਔਰ ਜਿਸ ਦੇ ਨਾਲ ਬਚਪਨ ਦੇ ਵਿੱਚ ਅਬਿਊਜ਼ ਹੁੰਦਾ ਆ, ਜ਼ਿਆਦਾਤਰ ਉਹ ਚਾਈਲਡ ਡੈਲੀਕੁਐਂਸੀ ਵੱਲ ਜਾਂਦੇ ਨੇ। ਬਿਲਕੁਲ, ਔਰ ਜਦੋਂ ਚਾਈਲਡ ਡੈਲੀਕੁਐਂਸੀ ਵੱਲ ਜਾਂਦੇ ਨੇ, ਜੇ ਉੱਥੇ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਨਾ ਮਿਲੇ, ਸਾਨੂੰ ਇਹਨਾਂ ਨੂੰ ਮਰੀਜ਼ ਸਮਝ ਕੇ ਟ੍ਰੀਟ ਕਰਨਾ ਪਊਗਾ, ਨਾ ਮਿਲੇ ਤਾਂ ਫਿਰ ਉਹ ਵੱਡੇ ਕ੍ਰਿਮੀਨਲ ਬਣਦੇ ਨੇ। ਸਾਡੇ ਸਾਹਮਣੇ ਕਿੰਨੀਆਂ ਐਗਜ਼ਾਮਪਲ ਹੈ, ਲਾਰੈਂਸ ਦੀ ਐਗਜ਼ਾਮਪਲ ਲੈ ਲਓ। ਲਾਰੈਂਸ ਇੱਥੇ ਛੋਟਾ ਜਿਹਾ ਇੱਕ ਆਮ ਮੁੰਡਾ ਹੁੰਦਾ ਸੀ, ਲੜਾਈਆਂ ਝਗੜਿਆਂ 'ਚ ਉਹਨੂੰ ਹੱਲਾਸ਼ੇਰੀ ਮਿਲਣ ਲੱਗ ਗਈ, ਹੱਲਾਸ਼ੇਰੀ ਤੂੰ ਕਰਦਾ ਕਰਦਾ ਅੱਜ ਭਾਰਤ ਦਾ ਗੈਂਗਸਟਰ ਬਣ ਗਿਆ, ਮੈਂ ਪੰਜਾਬ ਦਾ ਵੀ ਨਹੀਂ ਗਾ। ਦੇਖੋ ਕਿੱਥੋਂ ਕਿਵੇਂ ਇਹ ਵਿਕਸਿਤ ਹੁੰਦੇ ਨੇ ਲੋਕ। ਸੋ ਜਦੋਂ ਵੀ ਇਹ ਚੀਜ਼ਾਂ ਹੁੰਦੀਆਂ ਨੇ, ਉਹਨਾਂ ਨੂੰ ਸਾਨੂੰ ਸਮਝਿਆ ਜਾਵੇ, ਨਿੱਕੇ ਹੁੰਦੇ ਬੱਚਿਆਂ ਨੂੰ ਮੈਂਟਲ ਅਬਿਊਜ਼ ਤੋਂ ਬਚਾਇਆ ਜਾਵੇ। ਮੈਂਟਲ ਅਬਿਊਜ਼ ਸਭ ਤੋਂ ਵੱਡਾ ਕਾਰਨ ਬਣਦਾ ਆ ਕਿਸੇ ਦੇ ਵੀ ਕ੍ਰਿਮੀਨਲ ਬਣਨ ਲਈ। ਸੋ ਉਹ ਚੀਜ਼ਾਂ ਪਛਾਣੀਆਂ ਜਾਣ, ਸਮਾਜ ਸੁਧਰ ਸਕਦਾ ਹੈ ਸਾਈਕੋਲੋਜੀ 'ਤੇ ਧਿਆਨ ਦੇ ਕੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਮੈਡਮ ਸਿਮਰਜੀਤ ਕੌਰ ਗਿੱਲ ਵਕੀਲ ਸਾਨੂੰ ਜਾਣਕਾਰੀ ਸਾਂਝੀ ਕਰ ਰਹੇ ਸੀ, ਕਈ ਚੀਜ਼ਾਂ ਨੇ ਉਹਨਾਂ ਨੇ ਦੱਸੀਆਂ ਨੇ ਕਿ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਸਜ਼ਾ ਹੁੰਦੀ ਆ, ਕਿਵੇਂ ਕਾਨੂੰਨ ਉਹਨੂੰ ਆਪਣੇ ਘੇਰੇ ਦੇ ਵਿੱਚ ਲੈਂਦਾ ਹੈ, ਤਮਾਮ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਸਾਥੀ ਸਨੀ ਦੇ ਨਾਲ। ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, ਟੀਵੀ ਚੰਡੀਗੜ੍ਹ।